ਤੇਨਾ ਕੰਮ ਪੈ ਗਿਆ ਜਾਨੀ ਬਾਦਸ਼ਾਹ ਯਾਰ ਮੇਰੇ ਨਾਲ ਕੀ ਕੰਮ ਪੈ ਗਿਆ ਅੱਜ ਯੂਸੀ ਨੂੰ ਦੋ ਤਿੰਨ ਬਿਸਕੁਟਾਂ ਦੀ ਲੋੜ ਪੈ ਗਈ ਆ ਜੇ ਯਾਰ ਤੇਰੀ ਮਿਹਰਬਾਨੀ ਆ ਖਸਤਾ ਖਸਤਾ ਦਹੀਂ ਯਾਰ ਦੇ ਯਾਰ ਇਹ ਜਾਨ ਛੜਾ ਯਾਰ ਦਹੀਂ ਯਾਰ ਦਹੀਂ ਜਾਨੀ ਜਲਦੀ ਕਰੀ ਆ ਫੜ ਇਹ ਵੈਸੇ ਮੈਨੂੰ ਗੱਲ ਦੱਸ ਉਰੇ ਆ ਜਾ ਉਧਰ ਆ ਜਾ ਆਪਣਾ ਆ ਜਾ ਸਾਫ਼ ਕਰ ਉਸੇ ਟਾਈਮ ਸਾਫ਼ ਕਰ ਲਿਆ ਕਰ ਦੁੱਧ ਲੈ ਗਏ ਫਿਰ ਰੱਸੀ ਲੈ ਗਏ ਹੁਣ ਬਿਸਕੁਟ ਲੈਣਾ ਕੀ ਗੱਲ ਖੈਰ ਯੂਸੀ ਨੂੰ ਦੇਖਣ ਆਏ ਨੇ ਮਰ ਗਿਆ ਯੂਸੀ ਉਹਨੂੰ ਦੇਖਣ ਜਾਂਦੇ ਯਾਰ ਮੰਗਣੀ ਦੀ ਤਿਆਰੀ ਹੋਣ ਡਈ ਯੂਸੀ ਕਿਹਦੇ ਕੋਲ ਮੰਗਣੀ ਠਹਿਰ ਪਹਿਲੇ ਤਾਂ ਮੇਰੇ ਕੋਲ ਮੰਗੀ ਜਾਂਦੇ ਆ ਤੂੰ ਸਵੇਰ ਦਾ ਮੰਗਣੀ ਤੂੰ ਸਾਡੇ ਚਾਵਾਂ ਲਾਡਾ ਚ ਸ਼ਾਮਿਲ ਹੋ ਮੈਂ ਕਹਿੰਦਾ ਆਇਆ ਕੌਣ ਰੌਲਾ ਕੀ ਆ ਸੱਸ ਆਈ ਹੈ ਮੇਰੀ ਤੇਰੀ ਸੱਸ ਆਈ ਆ ਤੇ ਸੱਸ ਨੂੰ ਰੱਸੀ ਨਾਲ ਬੰਨ ਕੇ ਬਿਸਕੁਟ ਖਵਾਉਣੇ ਰੱਸੀ ਕਾਹਤੋਂ ਲੈ ਗਏ ਉਹ ਵਿੱਚ ਗੱਲ ਇੱਕ ਹੋਰ ਵੀ ਆ ਦੇ ਦੇ ਧਿਆਨ ਨਾਲ ਚੱਲ ਮਿਹਰਬਾਨੀ ਭਲਾ ਹੋਵੇ ਤੇਰਾ ਓਏ ਹਾਂਜੀ ਹਾਂਜੀ ਦੁੱਧ ਇਹਨੇ ਕੀ ਕਰਨਾ ਸੀ ਦੁੱਧ ਰੱਸੀ ਬਿਸਕੁਟ ਤਿੰਨੇ ਆਈਟਮਾਂ ਉਹਦੇ ਵਾਲੀਆਂ ਨੇ ਰੱਸੀ ਉਹਦੇ ਗੱਲ 'ਚ ਪਾਉਣੀ ਆ ਦੁੱਧ ਨੂੰ ਪਿਆਉਣਾ ਵਾ ਅਤੇ ਬਿਸਕੁਟ ਨੂੰ ਖਵਾਉਣੇ ਆ ਬਾਅਦ ਮੈਂ ਉਹ ਪੁਲਿਸ ਵਾਲੇ ਨੂੰ ਦੱਸ ਕੇ ਆਉਂਦਾ ਵਾ ਤੂੰ ਇਸੇ ਧਿਆਨ ਨਾਲ ਚੰਗੀ ਤਰ੍ਹਾਂ ਰੱਖ ਮੈਂ ਦੱਸ ਕੇ ਆਉਂਦਾ ਇੱਕ ਮਿੰਟ ਤੁਸੀਂ ਪੂਰੀ ਮੇਰੀ ਗੱਲ ਸੁਣੀ ਮੈਂ ਸੁਣਨੀ ਨਹੀਂ ਮੇਰੀ ਸੁਣ ਲਗਾ ਤੁਹਾਡਾ ਕੇਸ ਸੋਲਵ ਕਰ ਦੇਣਾ ਹੱਲ ਕਰ ਦੇਣਾ ਮੈਂ ਕਹਿਣ ਡਿਆ ਵਾ ਮੇਰੇ ਤੋਂ ਇਲਾਵਾ ਕੋਈ ਵੀ ਨਹੀਂ ਕਰ ਸਕਦਾ ਜਿਹੜੀਆਂ ਨਵੀਆਂ ਨਵੀਆਂ ਡਰੈਸਿੰਗਾਂ ਪਾਉਣ ਡਈਆਂ ਨਾ ਇਹ ਇੰਜ ਨਹੀਂ ਮੈਨੂੰ ਪਹਿਲਾਂ ਹੀ ਸ਼ੱਕ ਸੀਗਾ ਹਾਂ ਇੱਥੇ ਬੈਠੋ 7 ਲੱਖ ਰੁਪਏ ਦੀ ਸੂਜੀ ਆ ਸੱਤ ਪੂਰੀ ਗੱਲ ਸੁਣ ਲਓ ਮੇਰੀ ਚੋਰੀ ਸਾਹਿਬ ਤੁਹਾਡਾ ਫਾਇਦਾ ਕਰਨ ਲੱਗਾ ਆਪਣਾ ਯੂਸੀ ਬਦਮਾਸ਼ ਨੀ ਸੂਜੀ ਇਧਰੋਂ ਗੈਪ ਹੋਈ ਆ ਨਾਲ ਹੀ ਉਹ ਇੱਕ ਰੱਸੀ ਲੈਣ ਆ ਗਿਆ ਮੇਰੇ ਕੋਲ ਰੱਸੀ ਲੈ ਕੇ ਗਿਆ 2 ਮਿੰਟ ਬਾਅਦ ਦੁੱਧ ਲੈਣ ਆ ਗਿਆ ਥੋੜਾ ਜਿਹਾ ਦੁੱਧ ਲੈ ਕੇ ਗਿਆ ਥੋੜੀ ਦੇਰ ਬਾਅਦ ਵਾਪਸ ਆ ਕੇ ਬਿਸਕੁਟ ਮੰਗਣ ਲੱਗ ਪਿਆ ਅੱਛਾ ਫੇਰ ਦੁੱਧ ਵੀ ਲੈ ਗਿਆ ਰੱਸੀ ਵੀ ਲੈ ਗਿਆ ਅਸੀਂ ਵੀ ਦੁੱਧ ਵੀ ਬਿਸਕੁਟ ਵੀ ਇਹਨੂੰ ਮੈਂ ਛੱਡਣਾ ਨਹੀਂ ਅੱਜ ਤੱਕ ਇੱਧਰ ਲੈ ਗਿਆ ਦੁੱਧ ਵੀ ਉਹਨੂੰ ਸੂਜੀ ਨੂੰ ਉਹ ਡੌਗ ਪੀਂਦੇ ਨੇ ਰੱਸੀ ਨਾਲ ਉਹਨੂੰ ਬੰਨਣਾ ਬਿਸਕੁਟ ਉਹਨੂੰ ਖਵਾਉਣੇ ਉਸਤਾਦ ਜੀ ਤੁਸੀਂ 2 ਦੇ ਸਿੱਟਣੀਆਂ ਨੇ ਉਹਨੇ ਮੰਨ ਜਾਣਾ 7 ਲੱਖ ਰੁਪਏ ਦੀ ਸੂਜੀ ਆ ਉਹਦੇ 'ਚੋਂ ਰੁਪਈਆ ਆਪਾਂ 20-25 ਹਜ਼ਾਰ ਨੂੰ ਕਹਿਣਾ ਕਿ ਚਾਚਾ ਇਹਨੂੰ ਦੇ ਮੈਂ ਤੈਨੂੰ ਲੈ ਕੇ ਦਿਆਂਗਾ ਰੱਸੀ ਨੂੰ ਮਨਾ ਬਸ ਉਹਦਾ ਨਾਂ ਕੀ ਸੀਗਾ ਸੂਜੀ ਸੂਜੀ ਤੇ ਯੂਸੀ ਯੂਸੀ ਤੇ ਸੂਜੀ ਯੂਸੀ ਹੈ ਉਹਦੇ ਕੋਲ ਹੀ ਆ ਛੱਡਣਾ ਨਹੀਂ ਮੈਂ ਉਹਨੂੰ ਮੈਂ ਕਹਿੰਦਾ ਬਸ ਅੱਲਾ ਜਾਣਦਾ ਜੇ ਉਹਦੇ ਕੋਲ ਬਰਾਮਦ ਹੋ ਗਈ ਤੇ ਮੈਂ ਉਹਨੂੰ ਵੀ ਬੁਲਾਉਣਾ ਛੱਡ ਦੇਣਾ